के अन्ने वाह क्या हूँ जान मुझे गुस्सा ही बहुत है क्या देते मेरे बच्चिया दे जिला कि लेट हो पास कि बहु क्या जी गल करना पिया ना ना क्या हराम का माल बहु बदतमीजी ना करी मैं उन बदतमीजी अपनी मेरी बदतमीजी है साडा चुनिया वट वट के अच्छा ना नहीं दसिया तू अपना तेरा की ना है पहले तू दस मेरा ना है बिल्ली मेरा ना कबूतर है बिल्ली है मैं मुंह च पा के चालियां से लै जा मैनू फीती फीती कर दे ऐथे चक मार शाह जी रख दे ते सारा मेनू छिछड़ा कहिंदे ने जी बिल्ली मेनू मुंह च पा के ना चाचे दी चोली च लै जा मैनू कुछ नहीं होया पप्पू दी मां पप्पू दी मां पप्पू कौन है मैं विआह दे बाद पप्पू ने नहीं आना पप्पू ने आना भोली ने आना नहीं आना पट्टी ने आना मैं तो तू देखी मैं सौ ही लैन देना चल मैं जा समय जा रही हूँ मैं देर हो रही है तेरे पाना समान ले हौली हौली टुरिया करे कुंडल पा के ना टुरिया करे मैं क्या बिल्ली है हाँ? ए बिल्ली किस तरह बोल दी है म्याओ म्याओ मेरा खाले आदे आने का टाइम हो गया है चल मैं ऐसे मुंह कर लगी मेरे कन्ना से भी अखा लगी हुई है बड़ा पूंड है तू पूंड नहीं मैं ड्रामे का दुद्ध एह जी होंगे मैं जा रही कल आके पांडा भी लेने मैं क्या गल सुना ए दुद्ध बाकी मजा का ही हों खालस मजा का ही हों बड़ा गाढ़ा दुद्ध पी के वेखी टीवी तो यही दुद्ध आंदा ना केड़ा गाढ़ा ही जो है ਇਧਰ ਜਨਾਬ ਤੁਸੀਂ ਸਾਡੀ ਗੱਲ ਸੁਣੋ ਕੌਣ ਜੀ ਤੁਸੀਂ ਇਹ ਜਨਾਬ ਮੈਨੂੰ ਨਹੀਂ ਪਛਾਣਿਆ ਜੀ ਨਹੀਂ ਮੈਨੂੰ ਪੁੱਛਣਾ ਕੌਣ ਹੋ ਤੁਸੀਂ ਆ ਤੁਹਾਡੇ ਮਹੱਲੇ ਵਾਲੇ ਅਜੀਬ ਨੇ ਕਿਉਂ ਕੀ ਹੋਇਆ ਬੰਦਾ ਗਲੀ ਚ ਮੰਜੀ ਡਾਹ ਕੇ ਸੁੱਤਾ ਅੱਛਾ ਆਪ ਉਹ ਸੁੱਤਾ ਮਸਲਾ ਉਹਨੇ ਖੜਾ ਕੀਤਾ ਮਤਲਬ ਕਿ ਪੂਰੀ ਗਲੀ ਬੰਦ ਕੀਤੀ ਉਤੋਂ ਤਿੰਨ ਦਿਨ ਹੋ ਗਏ ਮੈਂ ਰੋਟੀ ਨਹੀਂ ਖਾਧੀ ਮਾਂ ਮੇਰੀ ਮਸਰੂਫ ਵੀ ਬੜੀ ਹੈ ਅੱਬੇ ਨੇ ਮਸਲਾ ਖੜਾ ਕੀਤਾ ਮੇਰਾ ਵਿਆਹ ਰੱਖਤਾ ਸੀ ਅੱਛਾ ਮਾਂ ਮੇਰੀ ਵਿਹੜੇ ਚ ਬਹਿ ਕੇ ਵਰੀ ਟੰਗ ਦਿੰਦੀ ਹੈ ਛੋਟੇ ਭਰਾ ਨੇ ਮਸਲਾ ਖੜਾ ਕਰਤਾ ਨਿਕਾਹ ਮੇਰਾ ਮਸਲਾ ਛੋਟੇ ਦਾ ਖੜਾ ਹੋ ਗਿਆ ਹੁਣ ਆਪਣੇ ਹਿਸਾਬ ਲਾ ਲਓ ਤੁਸੀਂ ਅੱਜ ਜਦੋਂ ਦੇ ਤੁਸੀਂ ਕੈਨੇਡਾ ਤੋਂ ਪਾਕਿਸਤਾਨ ਆਏ ਹੋ ਆ ਸਾਰੇ ਲੋਕਾਂ ਨੇ ਮਸਲਾ ਖੜਾ ਕਰਤਾ ਅਗਲੇ ਕਹਿੰਦੇ ਡਾਂਸ ਵਿਖਾਓ ਵੀ ਦੌਰ ਮਿਲੇ ਪਾਬੰਦੀ ਲਾਈ ਕਿੱਥੋਂ ਆ ਜੀ ਸਹੀ ਗੱਲ ਹੈ ਜੀ ਚੌਰੀ ਨੀਬ ਕੱਲਾ ਨਹੀਂ ਆਇਆ ਨਾਲ ਉਹਦਾ ਕੁੱਕੜ ਵੀ ਆਇਆ ਇਹ ਚੌਰੀ ਨੀਬ ਦਾ ਕੁੱਕੜ ਮਾਮੂਲੀ ਕੁੱਕੜ ਨਹੀਂ ਅੱਛਾ ਇਹ ਲੜਾਕਾ ਕੁੱਕੜ ਹੈ ਅੱਛਾ ਏਡੀ ਮੋਟੀ ਧੌਣ ਹੈ ਮੇਰੇ ਕੁੱਕੜ ਦੀ ਨਹੀਂ ਇੰਜ ਤਾਂ ਬੰਦੇ ਦਾ ਸਾਹ ਬੰਦ ਹੋ ਜਾਂਦਾ ਭਾਈ ਕੁੱਕੜ ਦਾ ਸਾਹ ਬੰਦ ਹੋ ਜਾਣਾ ਬੰਦਾ ਕੀ ਹੈ ਇਹ ਚੌਰੀ ਨੀਸ ਦਾ ਕੁੱਕੜ ਹੈ ਕੋਈ ਆਮ ਕੁੱਕੜ ਇਹ ਮਾਮੂਲੀ ਕੁੱਕੜ ਨਹੀਂ ਸਹੀ ਗੱਲ ਇਹ ਤੇ ਅੰਗਰੇਜ਼ੀ ਫਿਲਮ ਵੇਖ ਕੇ ਆਵੇ ਸਿੱਧਾ ਛੱਪੜ ਚ ਵੜ ਜਾਂਦਾ ਇਹ ਮਾਮੂਲੀ ਕੁੱਕੜ ਨਹੀਂ
अच्छा ए चौरी नीसदा कुकड़ आ वेखो ना मैं काला वा कुकड़ मेरा लाल है लाल की वे ए लड़ लड़ के लाल होया ਮਾਮੂਲੀ ਕੁੱਕੜ ਨਹੀਂ ਚੌਰੀ ਨੀਫ ਦਾ ਕੁੱਕੜ ਏ ਇਹ ਮਾਮੂਲੀ ਕੁੱਕੜ ਨਹੀਂ ਇਹ ਗੁੜਤੀ ਚਾਚੇ ਦੀ ਏ ਇਹ ਕੁੱਕੜ ਆਪਣਾ ਆਪਣਾ ਜੀ ਸਹੀ ਗੱਲ ਕੀ ਸਮਝਿਓ ਇਹ ਚੌਰੀ ਨੀਫ ਦਾ ਕੁੱਕੜ ਮਜ਼ੇਦਾਰ ਕੁੱਕੜ ਅੱਛਾ ਕੀ ਬਾਤ ਇਸ ਕੁੱਕੜ ਦੀ ਆ ਵੇਖੋ ਨਾ ਇਹ ਅਲਾਮੇ ਨੂੰ ਆਉਂਦਾ ਬੜਾ ਆ ਪਰਸੋਂ ਦੀ ਗੱਲ ਸੁਣ ਲਓ ਆ ਗੁਆਂਢੀਆਂ ਦੀ ਕੁੱਕੜੀ ਦੇ ਮੂੰਹ ਤੇ ਵਿੱਚ ਕਰ ਆਇਆ ਮੈਂ ਫਿਰ ਇਹਨੂੰ ਮਾਰਿਆ ਅੱਛਾ ਕੁੱਟਿਆ ਰੋਇਆ ਫਿਰ ਬੜਾ ਰੋਇਆ ਮੈਂ ਫਿਰ ਪਿਆਰ ਕੀਤਾ ਸੌ ਗਿਆ ਇਹ ਪਰਸੋਂ ਦਾ ਸੁੱਤਾ ਉੱਠਣ ਹੀ ਨਹੀਂ ਡਿਆ ਇਹ ਚੌਰੀ ਨੀਫ ਦਾ ਕੁੱਕੜੇ ਠਾਉਣਾ ਪੈਣਾ ਆਰਾਮ ਨਾਲ ਰਹੀ ਮੇਰੇ ਨਾਲ ਤਮੀਜ਼ ਨਾਲ ਗੱਲ ਕਰ ਸਮਝ ਆਈ ਤਮੀਜ਼ ਨਾਲ ਮੈਂ ਤੇ ਕਰ ਲਾਂਗਾ ਕੁੱਕੜ ਨੂੰ ਸਮਝਾਓ ਨਾ ਇਹ ਚੌਰੀ ਨੀਫ ਦਾ ਕੁੱਕੜ ਏ ਅੱਛਾ ਇਹ ਬਹੁਤਾ ਸੁੱਤਾ ਹੀ ਰਹਿੰਦਾ ਇੱਕ ਦਿਨ ਉੱਠਿਆ ਸੁੱਤਾ ਸੀ ਬਸ ਟੀਵੀ ਲਾਇਆ ਮੈਂ ਗਾਣਾ ਲੱਗਾ ਸੀ ਮੈਂ ਠਰ ਗਈ ਹਾਂ ਉੱਠ ਕੇ ਟੀਵੀ ਚ ਵੱਜਾ ਜੀ ਇਹ ਚੌਰੀ ਨੀਸ ਦਾ ਕੁੱਕੜ ਸੁੱਤਾ ਇਹਨੂੰ ਉਠਾਉਣਾ ਪੈਣਾ ਇਹਨੂੰ ਹੋਸ਼ ਤੋਂ ਆਉਣੀ ਪੈਣੀ ਅੱਛਾ ਹੱਥ ਲਾ ਕੇ ਵੇਖ ਲਓ ਕਿੱਡਾ ਤੱਤਾ ਇਹ ਚੌਰੀ ਨੀਸ ਦਾ ਕੁੱਕੜ ਇਹ ਮਾਮੂਲੀ ਕੁੱਕੜ ਨਹੀਂ ਇਸ ਕੁੱਕੜ ਦੀਆਂ ਵਰਾਇਟੀਆਂ ਵੇਖਣੀਆਂ ਇਹਦੀ ਪੰਜ ਛੇ ਦਿਨ ਮਾਲਿਸ਼ ਕਰਕੇ ਵੇਖੂ ਮਾਮੂਲੀ ਕੁੱਕੜ ਨੀ ਚੌਰੀ ਨੀਫ ਦਾ ਕੁੱਕੜ ਇਹ ਜਨਾਬ ਲੜਨ ਵਾਲਾ ਕੁੱਕੜ ਏ ਮੈਂ ਸੁਣਿਆ ਲੜਾਈ ਤੋਂ ਬਾਅਦ ਜਦੋਂ ਤੇਰਾ ਕੁੱਕੜ ਜਿੱਤਦਾ ਤੂੰ ਇਹਨੂੰ ਆਪੇ ਹੀ ਚੁੰਮਣਾ ਵੀ ਅੰਦਰ ਵੜਿਆ ਅੱਗੋਂ ਗਰਾਊਂਡ ਸ਼ੁਰੂ ਹੋ ਗਈ ਮੈਂ ਵਾਪਸ ਆਇਆ ਮੈਂ ਕਿਹਾ ਡਾਕਟਰ ਸਾਹਿਬ ਅੱਗੇ ਤਾਂ ਗਰਾਊਂਡ